ਦੇਖੋ ਦੇਰ ਹੈ ਦਰੁਸਤ ਹੈ, ਮੈਂ ਜਿਵੇਂ ਗੱਲ ਕਹੀ ਹੈ ਨਾ ਕਿ ਉਹਨੇ ਕਿ ਆ ਕੇ ਮਾਫ਼ੀ ਤਾਂ ਮੰਗੀ, ਹੁਣ ਇਹਤੋਂ ਬਾਅਦ ਸੋਚਾਂਗੇ ਵੀ ਮੰਥਨ ਕਰਾਂਗੇ, ਬੈਠਾਂਗੇ ਇਸ ਪਾਰਟੀ 'ਚ, ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਿਆ, ਉਹ ਤੋਂ ਬਾਅਦ ਹੀ ਫੈਸਲਾ ਕੋਈ ਕਰਾਂਗੇ। ਸਾਰੇ ਇੱਕ ਮੰਚ 'ਤੇ ਇਕੱਠੇ ਹੋਣ, ਭਾਵੇਂ ਜਿੰਨੇ ਵੀ ਧੜੇ ਨੇ ਜਿਹੜੇ ਅਕਾਲੀ ਦਲ ਤੋਂ ਅਲੱਗ ਹੋ ਕੇ ਬਣੇ ਨੇ, ਉਹਨਾਂ ਨੂੰ ਸਵਾਗਤ, ਉਹਨਾਂ ਨੂੰ ਕਹਿ ਸਕਦੇ ਤੁਹਾਨੂੰ ਸੱਦਾ? ਉਹ ਤਾਂ ਹੁਣ ਪਤਾ ਨਹੀਂ, ਮੈਂ ਤਾਂ ਹੁਣ ਪਤਾ ਲੱਗੇਗਾ ਨਾ ਹੁਣ ਤਾਂ ਕੌਣ ਕੌਣ ਕਿਸੇ ਨੂੰ ਕੀ ਕੀ ਰਿਐਕਸ਼ਨ ਹੁੰਦਾ। ਅੱਜ ਹੀ ਨਾ ਕੁਛ ਕਿਹਾ ਸਰ, ਲੱਗਦਾ ਨਹੀਂ ਪਹਿਲਾਂ ਕਰਨਾ ਚਾਹੀਦਾ ਸੀ, ਬਹੁਤ ਪਹਿਲਾਂ ਕਰਨਾ ਚਾਹੀਦਾ ਸੀ। ਅਸੀਂ ਤਾਂ ਪਹਿਲਾਂ ਤੋਂ ਕਿਹਾ ਸੀ, ਮੈਂ ਜਦੋਂ ਵੱਖਰੇ ਹੋਏ ਉਦੋਂ ਵੀ ਇਹੀ ਕਿਹਾ ਸੀ ਮਾਫ਼ੀ ਮੰਗ ਲਏ, ਉਦੋਂ ਨਹੀਂ ਮੰਗੀ। ਉਸ ਟਾਈਮ ਗੱਲ ਹੋਈ ਨਹੀਂ ਸੀ, ਉਦੋਂ ਵੀ ਹੋਈ ਸੀ ਸਾਰੀ ਗੱਲ, ਹੋਈ ਉਦੋਂ ਬਾਦਲ ਸਾਹਿਬ ਮਾਫ਼ੀ ਮੰਗਣ ਨੂੰ ਤਿਆਰ ਨਹੀਂ ਸੀ ਉਸ ਟਾਈਮ? ਨਹੀਂ ਬਾਦਲ ਸਾਹਿਬ ਨਹੀਂ, ਗੱਲ ਸੁਖਬੀਰ ਨਾਲ ਗੱਲ ਹੋਈ ਸੀ ਉਦੋਂ।